स्वागत कर रहे हैं जी ब्लॉग के विच। तो ये भी हम मैं चार पाँच दिनों तो स्टार्टिंग बनाई है, आप एंडिंग तो बोल चुके हैं। तो मैं उम्मीद करता तो सारे जने इनू जरूर एंड तक देखियो, तो लाइक सबसक्राइब शेयर जरूर करो। मैनू हफ्ता हो गया ब्लॉग स्टार्ट किए नू, आपा पाउन लगे मझ नू दाना, की कर सकते हैं करना पैंदा, क्योंकि वेला बंदा घरे आई कमां जोगा रह जांदा। तड़के तड़के करा लिया मैं नुकसान, हुण भालदा सी पर मैनू इत्थे आया नहीं। मैं पाया सी मझ नू दाना, मेरे पाया सी छल्ला चांदी का, भी तो थोड़ा जहा खुला सी दाने में ही रल गया। साड़ी मझ हुण चांदी खाँदी है, काला काला मेरा छल्ला खा जाएंगे। मैं पहली बार लाया सीगा चंगा रह लिया, पर मेरा छल्ला गया, दुख हो रहा। छल्ला थोड़ा महंगा सी चांदी का, एक रह गया एक हाथ च दूजे चेगा। आप जो भी वीडियो बनाई है मैं कुछ तो कुछ गवाया ही है, कदे पैसे सड़ देना कदे कुछ अज चांदी का छल्ला ही सड़ता। पालो मज ना कौन तू मत बाबा बंदे ने पालता अपन मैं पहला बहुत पाल के गया साफ तो ना दाने सी मैंने पता दाने च पिया हुआ ये तो तेला ता लै गया ते कला रह गया ये सीगा गूठे दा ये पा मैं उंगल च बैठा है उंगल दा है ओदा गूठे दा है गूठे वाला छल्ला चौड़ा है मिल गया पर एक कप्पा एक कलर थोड़ा जो हो गया एक कप्पा कुत्ता लिया रखे अपा बस सारा दिन ही देती कदे पानी पाता कदे रोटी पाती कदे कुछ कदे कुछ ओए उरिया ये बस ऐ बैठा रहिंदा आसी जा बैठ ला दिंदी बाहर आके बह जा सड़क से देखो बंदे जाते मोटरसाइकिल लगे वापस आ चुके हैं सामान ले कर लगे ट्रैक्टर अंदर 11 बज चुके हैं। आप दिखा दिए करके फिर करते हैं फिर पानी पैके दोनों कट्ठिया लेके जाड़न दो गेड़े लगती नहीं है पड़के करके तेन लेके जाना वेदर देखो बदल ही पे है सुबह
8 ਦਾ ਟਾਈਮ ਹੈ। ਕਬੂਤਰ ਦਾ ਅੰਡਾ ਇਹ ਜਿਵੇਂ ਛੋਟਾ ਜਿਹਾ ਵੀਡੀਓ 'ਚ ਵੱਡਾ ਦਿਖਾ। ਆਪਾਂ ਚੱਲੇ ਆ ਆਹ ਗੱਡੀ ਛੱਡਣ, ਕਹਿੰਦੇ ਨਰਮਾ ਚੁੱਕਣ ਲੱਗ ਚੁੱਕੇ ਆਪਣੇ ਤਾਂ ਕਰਕੇ। ਨਰਮਾ ਚੁਕਾਉਂਦਾ ਫਿਰਦਾ ਇੱਥੇ। ਗਰਮੀ ਬਹੁਤ ਹੈ ਵੀ ਬਾਹਲੇ ਹੈ। ਮੇਰੀ ਚਾਰ ਦਿਨ ਹੋ ਗਏ ਇੱਕ ਵੀ ਨਹੀਂ ਚੱਲੀ ਜਾਂਦੀ, ਇੱਕ ਹੀ ਨਹੀਂ ਪੂਰੀ ਹੋਣ 'ਤੇ ਆਉਂਦੀ। ਕੌਣ ਹੈਂ? ਉਹ ਗੇਟ ਲਾਉਣਾ, ਚੱਲ ਗਾਂਹ ਤਾਂ ਕਰ, ਚਾਈਨਾ ਗੇਟ ਲੱਗਦਾ ਨਾਲ। ਕੈਸਾ ਲੱਗਾ ਮੇਰਾ ਮਜ਼ਾਕ? ਬੈਕ ਕਰ ਕਰ ਬੈਕ ਕਰ 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 ਬੈਕ। ਉਹ ਖਾਜਾ ਉਹ ਖਾਜਾ ਖਾਜਾ ਚਾਹ ਬਾਈ ਚਾਹ। ਉਹ ਲੱਗ ਗਿਆ ਚਾਈਨਾ ਗੇਟ, ਚਾਈਨਾ ਗੇਟ ਲੱਗ ਚੁੱਕਿਆ ਜੇ। ਆਪਾਂ ਹੁਣ ਚੱਲੇ ਹਾਂ, ਚਲੋ ਬਾਈ ਸਾ ਖਿੱਚ ਦੋ ਪਿੰਡ। ਅੱਜ ਸਾਰਾ ਦਿਨ ਹੀ ਘਰਦੇ ਆਪਦੇ ਘਰਦੇ ਤਾਂ ਕੀ ਜਿਹੜੇ ਟੂਲ ਟਾਲ ਪਏ ਸੀਗੇ ਉਹ ਚੱਕ ਕੇ ਸਾਰੇ ਅੱਜ ਸੈੱਟ ਕੀਤੇ ਆ, ਅਤੇ ਹੋਰ ਕੋਈ ਕੰਮ ਕੀਤਾ ਨਹੀਂ। ਇਹ ਮੈਂ 4-5 ਦਿਨਾਂ ਤੋਂ ਲਗਾਤਾਰ ਵੀਡੀਓ ਬਣਾਈ ਜਾਂਦਾ, ਕਿਉਂਕਿ ਕਿਤੇ ਪਾਸੇ ਮੈਂ ਜਾਂਦਾ ਤਾਂ ਨਹੀਂ, ਘਰ ਹੀ ਕਦੇ ਮਾੜੀ ਮੋਟੀ ਕਲਿੱਪਾਂ ਲੈ ਲੈ ਕੇ ਸ਼ੂਟ ਕੀਤਾ, ਅਤੇ ਅੱਜ ਦੇ ਵਲੋਗ ਦੇ ਆਪਾਂ ਕਰਦੇ। ਬਾਈ ਜੀ ਟਰੈਕਟਰ ਲੈ ਕੇ ਆ ਰਹੇ ਨੇ, ਅਤੇ ਅੱਜ ਆਪਾਂ ਸਾਰੇ ਤੋਂ ਸੰਦ ਚੱਕਣੇ ਆ, ਘਰ ਇਹ ਕੰਮ ਕਰਦੇ ਹਾਂ ਜਮਾਲਾ ਮੋਟਾ। ਹੱਥ ਪਹਿਲਾਂ ਘਰ ਨੂੰ ਮਾਰ ਲਈਏ, ਬਾਹਰ ਲਈ ਤਾਂ ਬਣਾਈ ਜਾਂਦੇ ਰਹੇ ਨੇ, ਘਰ ਦੀ ਬਣਾ ਲਈਏ। ਕੁਛ ਕਰੀ ਆਪਾਂ ਨਵਾਂ ਕੁੱਤਾ ਲਿਆ ਕੇ ਆਉਂਦਾ ਐਡਾ, ਚੱਪ ਕਰ ਜਾ ਉਹ ਟਰਾਲੀ ਉੱਤੇ ਕਰਦੀ। ਹੁਣ ਕੀ ਪਾਉਣਾ ਮਗਰ ਤੋਤੇ, ਇਹ ਵੀ ਇੱਕ ਪਾਸੇ ਕਰਦੇ ਹਾਂ। ਉੱਥੇ ਸਾਰੇ ਅੱਜ ਚੱਕਰੇ ਘਾਹ ਵਾਹਵਾ ਹੋ ਗਿਆ, ਖੜ ਜਾ ਚੱਲ। ਬੈਗ ਲਾਉਣਾ ਔਖਾ, ਚੱਲ 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 ਚਲੋ ਬਾਈ ਸਾਹਿਬ ਚਲੋ। ਬਸ ਨਹੀਂ ਔਖਾ ਲੱਗੂ, ਇੱਥੋਂ ਲਾਉਣਾ ਇੱਥੇ ਆ ਬੈਗ, ਕਿਉਂਕਿ ਆਪਾਂ ਪਸ਼ੂ ਘੱਟ ਰਹਿ ਚੁੱਕੇ, ਇੱਥੇ ਆਪਣਾ ਵਿਹਲਾ ਹੀ ਆ, ਆਪਾਂ ਇੱਥੇ ਲਾਉਣਾ। ਨਹੀਂ 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 ਲੱਗਦਾ,
ਜਾਵਾਂ ਉਂਗਲ ਕੋ ਫਰਕ ਐ ਤਾਂ ਆਪਣੇ ਡਰਾਈਵਰ ਤਕੜੇ ਨੇ ਹੁਣ ਉਧਰੋਂ ਦੇਖ ਕੇ ਯਾ ਇਧਰੋਂ ਵਾਲਾ ਮੁਸ਼ਕਿਲ ਬਹੁਤ ਹੈ ਇੱਕ ਮਿੰਟ ਓ ਇੱਕ ਮਿੰਟ ਭਾਈ ਸਾਹਿਬ ਖੁਰਪੀ ਆ ਲੱਗੂਆ ਕਿੱਲੇ ਤੇ ਬ੍ਰੇਕ ਖੋਲ ਕੇ ਮੋੜ ਲਾ ਆ ਕਿੱਲੇ ਤੇ ਤੀਜਾ ਟ੍ਰਾਇਲ ਮੋੜ ਦੇ ਚੱਕ ਜਾਵਾਂ ਜਾਂ ਬੈਕ ਲੈ ਕੇ ਜਾਣਾ ਜਮਾਂ ਕੰਨੀ ਤੋਂ ਆਉਂਦੇ ਫਿਰ ਜਾਊਗਾ ਇਹ ਜਮਾਂ ਕੰਨੀ ਤੋਂ ਹਾਂ ਉੱਧਰ ਧਿਆਨ ਰੱਖੀ ਟਰੈਕਟਰ ਦਾ ਕਿਉਂਕਿ ਇੱਥੇ ਮੈਂ ਟਰਾਲੀ ਵਾੜੀ ਸੀਗੀ ਮੈਨੂੰ ਪਤਾ ਬਹੁਤ ਔਖੀ ਵੜਦੀ ਹੈ ਇੱਥੋਂ ਟੇਢਾ ਕਰ ਲਾ ਨਹੀਂ ਔਖਾ ਹੀ ਲੱਗੂਗਾ ਮੈਨੂੰ ਤਾਂ ਲੱਗਦਾ ਇੱਧਰੋਂ ਤਾਂ ਵਾੜਦੇ ਸੀਗੇ ਇੱਧਰ ਕਿੱਲਾ ਇੱਕ ਪਾਸੇ ਦੂਰ ਹੈ ਬਾਈ ਔਖਾ ਬ੍ਰੇਕ ਖੋਲ ਲਾ ਘੁਮਾ ਦੇ ਥਾਂ 'ਤੇ ਕੱਢ ਕੇ ਲੈ ਕੇ ਜਾਣਾ ਪੈਂਦਾ ਤੀਜੀ ਚੌਥੀ ਵਾਰ ਮੈਂ ਆਖਿਆ ਬਈ ਕੱਢ ਲਾ ਐਂ ਕਰਕੇ ਲੈ ਕੇ ਜਾਣਾ ਪਊਗਾ ਬਾਈਕ ਕੱਢਣ ਜੋ ਕੱਢਣਾ ਹੋਇਆ ਉਹ ਤਾਂ ਸੌਖਾ ਨਿਕਲ ਜੂ ਕਰਾਹਾ ਲਾਉਣ ਵੇਲੇ ਬਹੁਤ ਔਖਾ ਜਾਣਦੇ ਬੰਦੇ ਨੇ ਲਾਤਾ ਬਾਈਕ ਬਹੁਤ ਔਖਾ ਲੱਗਿਆ ਇੱਥੇ ਕੱਢ ਕਢਾ ਕੇ ਚੱਲ ਬਈ ਹੋਰ ਬੰਦ ਪਾ ਕੇ ਲੈ ਗਈ ਆ ਕਿੱਲੀ ਤਾਂ ਪਵਾ ਦੇ ਮੋਤੀ ਰੱਖ ਰੱਖੇ ਮੋਤੀ ਆ ਮੋਤੀ ਪੀਲਾ ਪਾਣੀ ਇੱਥੇ ਬਾਹਰ ਬੰਨ ਤਾ ਬੈਠਾ ਰਹੂਗਾ ਰਾਖੀ ਰੱਖੀ ਹੁਣ ਤੂੰ ਤੂੰ ਲੈ ਕੇ ਆਇਆ ਮੈਂ ਇੰਨੀ ਦੂਰੋਂ ਅਗਲਾ ਦਿਨ ਮੈਂ ਥੋੜ੍ਹਾ ਮੈਂ ਅੱਡੇ ਭਰਾ ਜੀ ਰੋਟੀ ਤੁਰ ਕੇ ਜਾਤੇ ਹੈ ਹਮਾਰਾ ਮੋਟਰਸਾਈਕਲ ਵਹਾਂ ਪੇ ਖੜਾ ਹੁਆ ਹੈ ਗੇਟ ਲੱਗਾ ਸੀ ਤਾਂ ਕਰਕੇ ਮੈਂ ਤੁਰ ਕੇ ਆਇਆ ਮੌਸਮ ਬਹੁਤ ਵਧੀਆ ਹੈ ਇੱਥੇ ਤੁਰ ਪੈ ਪਰ ਟਟੀਰੀ ਬਾਈਪਾਸ ਹੋ ਗਿਆ ਮੋਟਰ ਪਾਣੀ ਕੀ ਫਿਰਦਾ ਪਾਣੀ ਚ ਉੱਥੇ ਰਹਿੰਦਾ ਸਾਰਾ ਦਿਨ ਵਿਹਲਾ ਮੇਰੇ ਕੋਲ ਕੋਈ ਕੰਮ ਨਹੀਂ ਹੁੰਦਾ ਤਾਂ ਕਰਕੇ ਇੱਕ ਤਾਂ ਵਲੋਗ ਮੈਂ ਬਣਾਉਂਦਾ ਨਹੀਂ ਜੇ ਮੈਂ ਕੰਮ ਕਰਦਾ ਘਰ ਦੀ ਘਰੀ ਕੰਮ ਕਰੀ ਜਾਂਦਾ ਰਹਿੰਦਾ ਕਦੇ ਕੁਛ ਕਰ ਲਿਆ ਕਦੇ ਕੁਛ ਤਾਂ ਕਰਕੇ ਮੈਂ ਵਲੋਗ ਬਣਾਉਂਦਾ ਨਹੀਂ ਘਰ ਦੇ ਜਿਹੜੇ ਕੰਮ ਕਰਦਾ ਉਹ ਮੈਂ ਦਿਖਾ ਨਹੀਂ ਸਕਦਾ ਤਾਂ ਕਰਕੇ ਆਪਾਂ ਵਲੋਗ ਕਦੇ ਕਦੇ ਸ਼ੂਟ ਕਰੀਦਾ ਜੇ ਵਧੀਆ ਲੱਗਦੇ ਹੁੰਦੇ ਤਾਂ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਅਤੇ ਇੱਕ ਵਧੀਆ ਜਿਹਾ ਕੋਈ ਕਮੈਂਟ ਕਰਦਿਆ ਕਰੋ